ਹਾਲ ਅਸਲਾਮ ਵਾਲੇਕਮ, ਕੀ ਹਾਲ ਹੈ ਸਾਰਿਆਂ ਦਾ? ਠੀਕ ਠਾਕ? ਲਓ ਜੀ ਵੇਖੋ, ਮੁੰਡੇ ਨਿਕਲ ਆਏ ਹਾਂ ਬਾਹਰ ਜਨਾਬ, ਅਤੇ ਬਾਹਰ ਮੌਸਮ ਹੈ ਕਮਾਲ ਦਾ, ਅਤੇ ਬਾਰਿਸ਼ ਨਹੀਂ ਰੁਕ ਰਹੀ, ਅਤੇ ਅਸੀਂ ਜਾ ਰਹੇ ਹਾਂ ਛੱਤਰੀਆਂ ਲੈਣ। ਰਸ਼ ਹੋ ਗਿਆ ਬਹੁਤ, ਅਤੇ ਟ੍ਰੈਫਿਕ ਚੈੱਕ ਕਰੋ, ਅਤੇ ਨਾਲੇ ਹੋ ਗਈ ਹੈ ਬਾਰਿਸ਼ ਸਟਾਰਟ, ਅਤੇ ਬਾਰਿਸ਼ ਕਾਫੀ ਟਾਈਮ ਦੀ ਹੋਣ ਡਈ ਹੈ, ਲੇਕਿਨ ਹੁਣ ਜਿਹੜਾ ਨਾ ਰੁਕੀ ਨਹੀਂ, ਜ਼ਿਆਦਾ ਤੇਜ਼ ਹੋ ਰਹੀ ਹੈ। ਅਤੇ ਇਹ ਚੈੱਕ ਕਰੋ, ਵਾਹ ਵਾਹ, ਰਿਕਸ਼ਾ ਕਿਤੇ ਫਿਰਦਾ ਹੀ ਪਿਆ। ਅਤੇ ਜਨਾਬ ਅਸਾਂ ਲਈਆਂ ਛੱਤਰੀਆਂ, ਇੱਕ ਇਹ ਛੱਤਰੀ, ਇੱਕ ਮੈਂ ਲਈ ਹੈ, ਇੱਕ ਮੇਰੇ ਉੱਤੇ, ਦੋ ਛੱਤਰੀਆਂ ਸਾਨੂੰ ਮਿਲੀਆਂ 2000 ਰੁਪਏ ਦੀਆਂ, ਬਹੁਤ ਮਹਿੰਗੀਆਂ ਦਿੱਤੀਆਂ, ਉਹਨਾਂ ਨੂੰ ਪਤਾ ਸੀ ਹੁਣ ਮਜਬੂਰੀ ਹੈ, ਨਹੀਂ ਉਹਨਾਂ ਨੂੰ ਪਤਾ ਸੀ ਹੁਣ ਮਜਬੂਰੀ ਹੈ, ਇਹਨਾਂ ਲੈਣੀ ਲੈਣੀ ਹੈ। ਅਤੇ ਚਲੋ ਕੋਈ ਨਹੀਂ, ਫਿਰ ਫਸੇ ਹਾਂ ਅਸੀਂ, ਅਤੇ ਵਾਪਸ ਜਾਂਦੇ ਹਾਂ। ਉਹ ਉੱਥੇ ਹਾਂ ਜਾਣਾ, ਉੱਥੇ ਖਲੋਤੇ ਨੇ ਮੁੰਡੇ ਸਾਡੇ ਦੋ, ਮੈਂ ਪੁੱਲ ਕ੍ਰਾਸ ਕਰਨਾ, ਉੱਥੇ ਸਾਡਾ ਹੋਟਲ ਹੈ ਉਸ ਸਾਈਡ 'ਤੇ। ਰਸ਼ ਬਹੁਤ, ਰਸ਼ ਬਹੁਤ, ਓਏ ਹੋਏ ਹੋਏ ਹੋਏ, ਕਿਆ ਬਾਤ ਹੈ, ਵਾਹ। ਪਾਕਿਸਤਾਨ ਦਾ ਝੰਡਾ ਨਾਲ ਕਸ਼ਮੀਰ ਦਾ ਝੰਡਾ, ਅਤੇ ਜਨਾਬ ਰਸ਼ ਬਹੁਤ, ਰਸ਼ ਟਾਈਮ ਨਾਲ ਹੋਟਲ ਹੀ ਲਿਆ, ਚੰਗਾ ਕੀਤਾ ਸਾਹ ਜੀ, ਹੋਟਲ ਅਸਾਂ ਲੈ ਲਿਆ, ਆਰਾਮ ਨਾਲ ਪੈ ਲਿਆ, ਇਹ ਸਾਡਾ ਹੋਟਲ ਹੈ ਜੀ। ਹੁਣ ਅਸੀਂ ਜਾ ਰਹੇ ਹਾਂ ਉੱਤੇ, ਇੱਕ ਕਿਲ੍ਹਾ ਹੈ, ਉੱਥੇ ਜਾਣਾ, ਉਹ ਕਿਲ੍ਹਾ ਵੇਖਣਾ, ਅਤੇ ਨਾਲੇ ਇੱਕ ਯੂਨੀਵਰਸਿਟੀ ਹੈ ਉੱਤੇ ਕਾਫੀ ਪੁਰਾਣੀ, ਸੁਣਿਆ ਕਿ ਹਜ਼ਾਰਾਂ ਸਾਲ ਪਹਿਲੇ ਦੀ ਯੂਨੀਵਰਸਿਟੀ। ਇਹ ਜੇ ਜਨਾਬ ਕਿਲ੍ਹਾ, ਅਤੇ ਕਿਲ੍ਹੇ ਦੀਆਂ ਸੀੜੀਆਂ ਨੇ, ਆਹ ਪੱਥਰ ਵੇਖੋ, ਆਹ ਪੱਥਰਾਂ ਦੀਆਂ ਬਣੀਆਂ ਨੇ, ਹੈਂ, ਆਹੋ ਇੱਧਰ ਵੇਖੋ ਨਾ, ਪੱਥਰ ਕੱਟ ਕੇ ਜਨਾਬ ਬਣੀਆਂ। ਇਹ ਜਨਾਬ ਇਹ ਕਿਲ੍ਹਾ ਤਾਂ ਨਹੀਂ, ਮੰਦਰ ਲੱਗਦਾ ਪਿਆ ਮੈਨੂੰ, ਤੁਹਾਨੂੰ ਅੰਦਰ ਬਹਾਨੇ ਕੀ ਹਿਸਾਬ ਹੈ। ਮੰਦਰ ਇੱਥੇ ਉਹਨਾਂ ਦਾ ਹੁੰਦਾ ਨਾ ਪੂਜਾ ਪਾਠ, ਹੁਣ ਨਹੀਂ ਖਤਮ, ਕਾਫੀ ਪੁਰਾਣੀ ਹੈ ਜਗ੍ਹਾ, ਪੁਰਾਣੀ ਹਿਸਟਰੀ ਹੈ, ਬੋਲੀ ਹੈ ਪੜ੍ਹਨੇ ਹਾਂ। ਬੁੱਧਿਜ਼ਮ ਜਿਹੜਾ ਸੀ ਨਾ, ਉਹਨਾਂ ਕੋਲ ਰਿਹਾ, ਫਿਰ ਬਾਅਦ 'ਚੋਂ ਹਿੰਦੂਆਂ ਨੇ ਲੈ ਲਿਆ, ਹਿੰਦੂਆਂ ਨੇ ਫਿਰ ਇੱਥੇ ਮੰਦਰ ਬਣਾਇਆ, ਅਤੇ ਪਹਿਲੇ ਬੁੱਧਿਜ਼ਮ ਚੱਲਦਾ ਰਿਹਾ, ਫਿਰ ਹਿੰਦੂ ਟੈਂਪਲ ਬਣਿਆ, ਅਤੇ ਇਹ ਸਾਰੀ ਇਹਦੀ ਹਿਸਟਰੀ ਹੈ, ਇਹ ਜਿਹਨੂੰ ਇੰਟਰਸਟ ਹੈ ਉਹ ਰੋਕ ਕੇ ਪੜ੍ਹ ਲਏਗਾ। ਠੀਕ ਹੈ ਜੀ, ਉਹ ਉੱਧਰ ਫੋਟੋ ਸ਼ੂਟ ਹੋ ਰਿਹਾ, ਅਤੇ ਅਸੀਂ ਇਹ ਦੇਖਣਾ ਹੈ, ਬੜੀ ਪੁਰਾਣੀ ਬਿਲਡਿੰਗ ਹੈ, ਸਹੀ ਪੱਥਰ ਛੱਤਰ ਉਸ ਜ਼ਮਾਨੇ ਦੇ ਨੇ, ਅਤੇ ਹੋਰ ਇੱਥੇ ਇੱਕ ਚਾਏ ਕੈਫੇ ਦੇ, ਉਹ ਆਰਮੀ ਦੀ ਪੋਸਟ, ਇੱਧਰ ਵੀ ਪੋਸਟ ਹੈ, ਅਤੇ ਹੋਰ ਕੁਛ ਨਹੀਂ, ਬਸ ਪੱਥਰ ਹੀ ਨੇ, ਅਤੇ ਪੁਰਾਣੀ ਹੈ ਕਿ ਹਿਸਟਰੀ ਦੇ ਨਾਲ 273 ਦੇ ਵਿੱਚ ਦਾ ਚੱਲਦਾ ਆ ਰਿਹਾ, ਅਤੇ 1873 ਦੇ ਵਿੱਚ ਆ ਕੇ ਨਾ ਹਿੰਦੂ ਇੱਥੇ ਹਿੰਦੂ ਟੈਂਪਲ 'ਚ ਕਨਵਰਟ ਹੋਇਆ ਸੀ। ਲਓ ਜੀ ਵੇਖ ਬੋਲਿਆ, ਅਤੇ ਹਿਸਟਰੀ ਪੜ੍ਹੀ ਅੱਗੇ, ਉਹ ਮੈਂ ਵੀਡੀਓ ਬਣਾਈ ਹੈ, ਜਿਹਨੇ ਵੇਖਣਾ ਰੋਕ ਕੇ ਪੜ੍ਹ ਲਿਆ। ਇਹ ਜੀ ਜਨਾਬ ਚੈੱਕ, ਇਸ ਸਾਈਡ ਤੋਂ ਪੱਥਰ ਉਸ ਜ਼ਮਾਨੇ 'ਚ ਉਹਨਾਂ ਕੈਸੇ ਘੱਟ ਫੁੱਟ ਕੇ ਬਣਾਇਆ, ਮੈਂ ਕਹਿੰਦਾ ਉਹ ਬਣਾਉਂਦੇ ਪੱਥਰਾਂ ਦਾ ਹਰ ਚੀਜ਼, ਹੁਣ ਇੱਟਾਂ ਮਸਾਂ ਸਮਝੋ ਕਿ ਪੱਥਰ ਇੱਟਾਂ ਨੇ ਉਹਨਾਂ ਦੀਆਂ, ਇਹ ਚੈੱਕ ਕਰੋ ਕਿ ਸਾਡਾ ਕਿਹੜੇ ਮੋਟੀਆਂ ਇੱਟਾਂ ਨੇ, ਤੇ ਇਹਦੇ ਤੈਅ ਲੱਗੀ ਹੈ, ਤੇ ਇੱਧਰ ਕੀ ਹੈ, ਇੱਥੇ ਕੀ ਹੈ, ਓਏ ਹੋਏ ਹੋਏ ਹੋਏ, ਬਾਬਾ ਜੀ ਭਿੰਡੀ
ਵਰਤ ਪਿਆ ਸਟੀਕ ਪਾਉਣ ਦਾ ਚੈੱਕ ਕਰੇ ਉਹ ਸਹੀ ਹੈ ਵਿਊ ਸ਼ੀਸ਼ਾ ਸ਼ੀਸ਼ਾ ਅਗਰ ਨਜ਼ਰ ਆਈ ਟੋਈ ਹੈ ਨਾ ਅੰਦਰ ਤੋ ਸਮੋਕ ਹੋ ਗਈ ਸ਼ੀਸ਼ੇ ਨੂੰ ਇਹ ਜਨਾਬ ਇੱਕ ਅਸੀਂ ਕੈਫੇ 'ਚ ਆਏ ਹਾਂ ਇਹ ਜਿਹੜਾ ਕਿਲ੍ਹਾ ਉਹਦੇ ਬਿਲਕੁਲ ਨਾਲ ਉੱਤੇ ਟੈਂਪਲ ਟੈਂਪਲ ਹੈ ਉਹ ਕਿਲ੍ਹਾ ਨਹੀਂ ਟੈਂਪਲ ਬਹੁਤ ਅੱਛਾ ਕੈਫੇ ਵੇ ਚੈੱਕ ਰੂਮ ਐਮ ਬੀ ਐਸ ਦਾ ਜਿਹੜਾ ਲੁੱਕ ਵਾਈਜ਼ ਬਹੁਤ ਅੱਛਾ ਹੈ ਕਾਫੀ ਪੀਤੀ ਮਜ਼ਾ ਆਇਆ ਕਾਫੀ ਕਿਉਂ ਜੀ ਕਾਫੀ ਗੈਸੀ ਨਹੀਂ ਪੀਤੀ ਹੋਈ ਹੈ ਲਾਓ ਘੁੱਟ ਜੀ ਵੀਡੀਓ ਜੀ ਲਾਓ 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 ਹਾਂ ਬਈ ਹਰੂਨ ਸਹੀ ਹੈ ਤੂੰ ਕਿਹੜੀ ਲਵਾਈ ਕਾਫੀ ਟਾਈਟ ਭਾਜੀ ਕੇ ਪੁੱਛੀ ਲੋ ਸਾਡੀ ਕੇ ਪੁੱਛੀ ਨੂੰ ਲਵਾਈ ਸਾਰੇ ਲਾਟੇ ਕਿਨੇ ਪੀਤੀ ਗਏ ਨੇ ਨਹੀਂ ਯਾਰ ਲਵਾਈ ਨਹੀਂ ਕੇ ਪੁੱਛੀ ਸਟਰੋਂਗ ਹੁੰਦੀ ਕਾਫੀ ਅੱਛੀ ਹੈ ਤੇ ਕਾਫੀ ਕਾਫੀ ਅੱਛੀ ਠੀਕ ਕਾਫੀ ਅੱਛੀ ਆਹ ਇਹ ਸਿਕਲ ਵਿਊ ਹੈ ਜਨਾਬ ਮੈਨੂੰ ਤੇ ਬਹੁਤ ਮੈਂ ਇੰਟਰਸਟ ਹੈ ਹਿਸਟਰੀ ਨਾਲ ਤੇ ਇਹ ਪੱਥਰ ਵੇਖੋ ਯਾਰ ਉਹ ਦੀਵਾਰ ਕਿੰਨੇ ਨਾ ਉੱਤੇ ਲਿਆਉਂਦੇ ਉਹਨਾਂ ਨੇ ਯਾਰ ਉਸ ਜ਼ਮਾਨੇ 'ਚ ਹੈ ਮੈਨੂੰ ਪਸੰਦ ਆਈ ਇਹ ਜਗ੍ਹਾ ਮੈਂ ਨੈਕਸਟ ਟਾਈਮ ਵੀ ਆਵਾਂਗਾ ਤੇ ਜ਼ਰੂਰ ਇਹਨਾਂ ਪਾਵਾਂਗਾ ਮਜ਼ੇ ਦੀ ਚੀਜ਼ਾਂ ਨੇ ਹੋਰ ਵੀ ਚੀਜ਼ਾਂ ਹਨ ਲੇਕਿਨ ਹੁਣ ਅਸੀਂ ਫੋਲਣਾ ਹੈਲੋ ਗੈਂਗੇ ਲੋ ਜੀ ਪਾਣੀ ਦਾ ਸ਼ੋਰ ਆ ਰਿਹਾ ਚੈੱਕ ਕਰੋ ਸੁਣੋ ਜ਼ਰਾ ਆਵਾਜ਼ ਅਸੀਂ ਆਈਏ ਬੜੀ ਹਾਈਟ 'ਤੇ ਹਾਂ ਲੇਕਿਨ ਸ਼ੋਰ ਬਹੁਤ ਆ ਰਿਹਾ ਬਾਰਿਸ਼ ਦੀ ਵੀ ਵਜ੍ਹਾ ਅਤੇ ਬਾਰਿਸ਼ ਦੀ ਵਜ੍ਹਾ ਤੋਂ ਪਾਣੀ ਤੇਜ਼ ਹੋ ਰਿਹਾ ਅਤੇ ਜੇ ਪਾਣੀ ਦਾ ਕਲਰ ਵੀ ਚੇਂਜ ਹੋ ਗਿਆ ਗੰਦਾ ਗੰਦਾ ਹੋ ਗਿਆ ਪਾਣੀ ਹੈਂ ਉੱਬਾ ਜਿਹੜਾ ਪਾਣੀ ਸੀ ਨਾ ਉਹੀ ਜਿਹੜਾ ਬਰਫ਼ ਦਾ ਨਹੀਂ ਹੁੰਦਾ ਪਿਘਲਿਆ ਬਲੂ ਬਲੂ ਪਾਣੀ ਬਲੂ ਬਲੂ ਪਾਣੀ ਇਹ ਜਿਹੜਾ ਨਾ ਹੁਣ ਪੂਰਾ ਗੰਦਲਾ ਪਾਣੀ ਹੋਇਆ ਅਤੇ ਬਾਕੀ ਅਸੀਂ ਉੱਤੇ ਗਏ ਹਾਂ ਕਾਫੀ ਵਗੈਰਾ ਪੀਤੀਏ ਹੁਣ ਵਾਪਿਸ ਜਾ ਰਹੇ ਹਾਂ ਨੀਚੇ ਬਾਜ਼ਾਰ ਦੀ ਤਰਫ ਉੱਥੋਂ ਫਿਰ ਹੋਟਲ 'ਤੇ ਜਾਵਾਂਗੇ ਉੱਥੇ ਥੋੜ੍ਹੀ ਰੈਸਟ ਕਰਾਂਗੇ ਫਿਰ ਰਾਤ ਦਾ ਖਾਣਾ ਖਾਂਦੇ ਹਾਂ ਸਰਵਿਸ ਇੱਥੇ ਮੁਸ਼ਕਲ ਹੈ ਸਰਵਿਸ ਨਹੀਂ ਆ ਰਹੀ ਨੈੱਟ ਦੀ ਸਰਵਿਸ ਨਹੀਂ ਹੈ ਦੁਨੀਆਂ ਤੋਂ ਦੂਰ ਸਾਰੇ ਮੋਬਾਈਲ ਰੱਖ ਕੇ ਸਿਰਫ ਮੈਂ ਹੀ ਵਲੌਗ ਬਣਾ ਰਿਹਾ ਬਾਕੀ ਫੋਨ ਨਹੀਂ ਯੂਜ਼ ਹੋ ਰਹੇ ਸਾਰੇ ਗੱਲਾਂ ਕਰਦੇ ਨੇ ਪਿਆ ਠੀਕ ਹੈ ਨਹੀਂ ਤਾਂ ਫਿਰਨ ਜਾਈਦਾ ਸਾਰੇ ਮੋਬਾਈਲਾਂ ਵਿੱਚ ਬੜੇ ਹੁੰਦੇ ਨੇ ਹੈ ਠੀਕ ਹੈ ਇਹ ਦੇਖੋ ਇਹ ਇੱਥੇ ਨਾਲੀ ਹੈ ਇਹ ਨਾਲੀ ਵੀ ਬਹੁਤ ਤੇਜ਼ ਜਾ ਰਹੀ ਹੈ ਨਾਲੀ ਹੈ ਇੱਥੇ ਨਾਲੀ ਹੁੰਦੀ ਉਹ ਆਉਣ ਡਈ ਹੈ ਜੋਰੀ ਇੱਕ ਆਇਓ ਆਇਓ ਲਓ ਜੀ ਬਾਜ਼ਾਰ ਆਏ ਹਾਂ ਇੱਥੇ ਅਤੇ ਥੋੜ੍ਹਾ ਫਿਰੇ ਹਾਂ ਹਨੇਰਾ ਹੋ ਗਿਆ ਕਲੋਜ਼ ਟਾਈਮ ਕੀ ਹੋਇਆ ਭਲਾ ਟਾਈਮ ਇੱਕ ਮਿੰਟ ਮੈਂ ਚੈੱਕ ਕਰਨਾ ਹੋਏ ਨੇ ਜਨਾਬ ਸਾਢੇ ਸੱਤ ਹੋਏ ਨੇ ਅਤੇ ਬਾਜ਼ਾਰ ਕਲੋਜ਼ ਆ ਪੂਰੀਆਂ ਜਿਹੀਆਂ ਸ਼ਾਪਾਂ ਖੁੱਲੀਆਂ ਨੇ ਅਤੇ ਪਤਾ ਨਹੀਂ ਕੀ ਵਜ੍ਹਾ ਐਡੀ ਜਲਦੀ ਕਲੋਜ਼ ਇਹ ਰੈਸਟੋਰੈਂਟ ਓਪਨ ਨੇ ਅਤੇ ਰੌਣਕ ਘੱਟ ਹੈ ਜਿੱਧਰ ਹੋਟਲ ਲਿਆ ਨਾ ਅਸੀਂ ਅਸਲ ਆਇਆ ਪੁੱਲ ਤੋਂ ਦੂਸਰੀ ਸਾਈਡ 'ਤੇ ਇੱਧਰ ਵੀ ਇੱਕ ਬਾਜ਼ਾਰ ਸੀ ਆ ਗਿਆ ਚਲੋ ਬਾਜ਼ਾਰ ਵੇਖਦੇ ਹਾਂ ਲੇਕਿਨ ਰੌਣਕ ਘੱਟ ਹੈ ਅਸੀਂ ਜਾਂਦੇ ਹਾਂ ਹੁਣ ਵਾਪਸ ਅਤੇ ਦੋ ਬੰਦੇ ਨਹੀਂ ਸਾਡੇ ਲੱਭਦੇ ਪਏ ਪਤਾ ਨਹੀਂ ਕਿੱਧਰ ਗਏ ਨੇ ਉਹਨਾਂ ਨੂੰ ਵੇਖਦੇ ਹਾਂ ਪਏ ਅਸੀਂ ਉਹ ਬੈਠੇ ਹੈਲੋ ਸ਼ਾਪਿੰਗ ਹੋ ਰਹੀ ਹੈ ਸ਼ਾਪਿੰਗ ਕਰਦੇ ਪਏ ਮੁੰਡੇ ਭਾਅ ਜੀ ਅਸੀਂ ਇਹਨਾਂ ਨੂੰ ਲੱਭਣੇ ਹਾਂ ਗਏ ਕਿੱਧਰ ਅਸੀਂ ਲੱਭਣੇ ਹਾਂ ਪਏ ਤੁਹਾਨੂੰ
ਹਾਂਜੀ ਜਨਾਬ, ਅਸੀਂ ਚੱਲਿਆ ਰੋਟੀ ਖਾਣ, ਬੰਦਾ ਲੱਗਦਾ ਪਿਆ ਛਤਰੀਆਂ ਚੁੱਕ ਲਈਆਂ ਨੀ ਕਿਸੇ ਦੀਆਂ, ਪੂਰਾ ਜਨਾਬ 2700 ਲਾ ਰਿਹਾ, ਪਰ ਫੇਰ ਵੀ ਮੈਂ ਇੰਜ ਫੇਰਨਾ ਕੀ ਫਾਇਦਾ, ਤਿੰਨੇ ਇਕੱਲੇ ਇਕੱਲੇ ਲਾ ਕੇ ਫੇਰ ਡੱਬਾ ਫਸ ਗਿਆ, ਇੱਥੇ ਬੜੀ ਗੱਡੀ ਫਸੀ ਫਸ ਗਈ, ਬਹੁਤ ਗੱਡੀ ਸਾਡੀ ਵੀ ਸੁਬਾ ਇੱਥੇ ਪੁੱਤ ਧੱਕਾ ਲਾ, ਸੱਜਾ ਸੀ ਚੜਾਈ ਬਹੁਤ ਜ਼ਿਆਦਾ ਨਾ ਖਤਰਨਾਕ ਹੈ, ਸਾਡੀ ਫਾਰਚੂਨਰ ਚੱਲ ਗਈ ਸਾਡੀ ਫਾਰਚੂਨਰ ਚੱਲ ਗਈ ਸਰ ਜੀ, ਫਾਰਚੂਨਰ ਨੂੰ ਤੇ ਇੰਟਰਨ ਚਲੋ ਧੱਕਾ ਲਾਓ, ਕੀ ਧੱਕਦੇ ਹੋਗੇ, ਮੈਂ ਉਹ ਕਰਨਾ ਉਹ ਤਾਂ ਪਤਾ ਹੈ ਔਰ ਮੈਂ ਸਾਡੇ ਵਾਸਤੇ ਦੇਖੋ ਜੀ ਭੁੱਲ ਚਲੋ ਜੀ ਯਾਰ ਨਹੀਂ ਜਾਤੀ ਉਹ ਬੈਠੋ ਜਨਾਬ, ਆ ਪੋਲੇ ਥੱਲੇ ਪਾਣੀ ਆ ਬੇਤਹਾਸ਼ਾ, ਤੁਸੀਂ ਸੋਚ ਨਹੀਂ ਸਕਦੇ ਜਿੰਨਾ ਪਾਣੀ, ਤੇ ਹੁਣ ਅਸੀਂ ਰੋਟੀ ਖਾਣ ਚੱਲੇ ਹਾਂ, ਕੀ ਹਾਲ ਆ ਭਾਈ, ਠੀਕ ਹੋ, ਸ਼ੁਕਰ ਸ਼ੁਕਰ, ਇੱਥੇ ਦੇ ਲੋਕ ਬੜੇ ਚੰਗੇ ਨੇ, ਬਾਕੀ ਉਹ ਤੇ ਹਾਂ ਰੋਟੀ ਖਾਣ ਜਾਣਾ ਉਹ ਉੱਥੇ ਨਹਿਰ ਦੇ ਕਿਨਾਰੇ, ਆਏ ਹਾਏ, ਬਾਕੀ ਤੁਹਾਨੂੰ ਜਾ ਕੇ ਮਿਲਣੇ ਆ ਅੱਗੇ, ਪੋਲੇ ਨਾ ਲਗਾ ਜਾ ਤਰੋ ਥੋੜਾ ਜਿਹਾ, ਓਏ ਹੱਤਰ ਦਾ ਆ ਗਈ ਆ ਕੰਮ ਰੋਨੇ ਆ ਪੁਲ ਸਾ ਪੁਲ ਢੋਲ ਦਾ ਜੀ ਬਾਬਾ ਜੀ, ਲੋ ਜੀ ਆ ਗਿਆ ਇੱਕ ਰੈਸਟੋਰੈਂਟ 'ਚ, ਇਹ ਦੋ ਬੰਦਿਆਂ ਨੇ ਆ ਵੇਖਿਆ ਜੀ, ਇਹਨਾਂ ਨੂੰ ਕਿਹਾ ਉੱਥੇ ਜਾ ਖਾ ਲੈ, ਅਸੀਂ ਆ ਗਏ ਅਤੇ ਰੋਟੀ ਖਾਣ ਆਰਡਰ ਹੋ ਗਿਆ, ਇੱਕ ਕੜਾਹੀ ਲਵਾਈਏ ਨਾਲ ਬਿਰਿਆਨੀ ਲਗਵਾਈਏ, ਹੋਰ ਹੋਰ ਕੁਛ ਇੱਥੇ ਹੈ ਨਹੀਂ, ਅਸੀਂ ਅਸਲ ਜਿਹੜਾ ਨਾ ਮੀਟ ਲਵਾਉਣਾ ਹੋਲੇ ਮਟਨ ਜਾਂ ਬੀਫ ਜਾਂ ਤੁਹਾਨੂੰ ਲੱਭੀ ਆਊਟ ਰਾਊਟ ਫਿਸ਼ ਵਗੈਰਾ ਸਾਰਾ, ਲੇਕਿਨ ਰਾਊਟ ਵੀ ਨਹੀਂ ਇੱਥੇ, ਉਹਨਾਂ ਕੋਲ ਟਰਾਊਟ ਹੈ ਹੀ ਵੈਸੇ, ਲੇਕਿਨ ਇੱਥੋਂ ਲੱਭਾ ਜਿਹੜਾ ਨਾ ਚਲੋ ਕੋਈ ਨੀ ਯਾਰ ਖਾ ਲੈਣੇ, ਖਾਣਾ ਚਾਹੀਦਾ ਕਿਉਂ ਹੁਣ, ਕੱਲ ਤੂੰ ਮੈਨੂੰ ਕਹਿੰਦਾ ਮੈਂ ਮਟਨ ਖਾਣਾ, ਲਾਈਟ ਵੀ ਗਈ ਹੈ, ਹਾਂਜੀ ਚਲੋ ਯਾਰ ਘੱਟ ਵੱਧ ਨਾ ਨਾ ਕਿੰਨ ਦੱਸੋ ਆਏ ਕਿਤੇ ਜਗ੍ਹਾ ਵਾ, ਅਸੀਂ ਆਏ ਬਹੁਤ ਦੱਸੋ ਪਿੱਛੇ ਸਮਾਨ ਪਿੱਛੇ ਸਮਾਨ, ਹੁਣ ਵੀਡੀਓ ਤੇ ਰਿਕਾਰਡ ਹੋ ਜਾਂਦੇ ਸਮੁੰਦਰ ਦਰਿਆ ਦੁਬਾਰਾ ਹੈ ਨਹੀਂ ਕੜਿਆ ਜਾਣਾ, ਹੈ ਨਹੀਂ ਕੜਿਆ ਜਾਣਾ, ਪਿੱਛੇ ਦਰਿਆ ਪਿੱਛੇ ਸਮੁੰਦਰ ਹੈ, ਤੇ ਸਮੁੰਦਰ ਤੇ ਰੇਲ ਮਛਲੀ ਵੀ ਹੁੰਦੀ ਹੈ, ਹਰ ਰਸਤ ਬੰਦਾ ਕਨਫਿਊਜ਼, ਚਲੋ ਠੀਕ ਹੈ, ਕਨਫਿਊਜ਼ ਨਹੀਂ ਨਰਵਸ ਹੈ ਥੋੜਾ, ਨਰਵਸ ਹੋ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਚਲੋ ਆਰਡਰ ਆਉਂਦਾ ਫਿਰ ਵੇਖਦੇ ਹਾਂ, ਬਾਕੀ ਗੱਲ ਬਾਅਦ 'ਚ ਹੋਈ, ਥੱਕ ਗਿਆ ਨਾ ਅੱਜ ਮੁੰਡਾ ਥੱਕ ਗਿਆ, ਚਲੋ ਆਰਡਰ ਆਉਂਦਾ ਫਿਰ ਚੱਲਦੇ ਉੱਧਰ, ਇੱਧਰ ਨਾ ਪਈਏ ਉਹਦੇ ਕੁਰਸੀਆਂ ਦੂਸਰੀਆਂ, ਚਲੋ ਕਰਦੇ ਹਾਂ ਕੋਈ ਹਾਲ ਕਰ ਲਓ ਜੀ, ਕਰਾਈ ਆ ਗਈ ਏ, ਕਰਾਈ ਆ ਗਈ, ਲੁੱਕ ਵਾਈਜ਼ ਤਾਂ ਠੀਕ ਲੱਗਦੀ ਵੀ, ਬਿਰਿਆਨੀਆਂ ਪਲੇਟਰ ਕਿਹਾ ਸੀ ਉਹਨਾਂ, ਦੋ ਬਿਰਿਆਨੀ ਲੈਦਾ ਦੇਖਦੀਆਂ, ਰਾਇਤਾ ਆਇਆ ਹੋਇਆ, ਸੈਲਡ ਨਹੀਂ ਆਇਆ ਜੀ, ਸੈਲਡ ਪਤਾ ਨਹੀਂ ਆਉਂਦਾ ਕਿ ਨਹੀਂ ਆਉਂਦਾ, ਅਤੇ ਖਾ ਕੇ ਫਿਰ ਜਾਂਦੇ ਹਾਂ ਵਾਪਸ, ਬਹੁਤ ਥੱਕ ਗਏ ਹਾਂ, ਟੇਸਟ ਜਿਹੜਾ ਵੀ ਹੋਇਆ ਤੁਹਾਨੂੰ ਮਾਫ਼ੀ ਹੈ, ਠੀਕ ਹੈ, ਮਾਫ਼ੀ ਤੁਹਾਨੂੰ, ਮੇਰੇ ਨਾਲ ਕੋਈ ਲੜਾਈ ਹੈ, ਇੱਧਰੋਂ ਘੁਮਾ ਕੇ ਉੱਧਰ ਫਿਰ ਲਾਈ ਜਾਂਦਾ, ਤੂੰ ਬਿਜ਼ੀ ਹੈ ਨਾ, ਮੈਂ ਬਿਜ਼ੀ ਕਿਤੇ, ਮੈਂ ਵੇਖਣਾ ਬਾਬਾ ਮੈਮਰੀ ਆ, ਚਲੋ ਠੀਕ ਹੈ, ਚਲੋ ਕੋਈ ਗੱਲ ਨਹੀਂ, ਅੱਲਾ ਤੁਹਾਨੂੰ ਸੇਧ ਦੇ, ਰੋਟੀ ਖਾਈਏ, ਭੁੱਖ ਲੱਗ ਗਈ ਬੜੀ, ਬਿਸਮਿਲ੍ਲਾ, ਆਹ